ਜੇ 21 ਤਰੀਕ ਨੂੰ ਜੋ ਵੀ ਮੀਟਿੰਗ ਹੋ ਰਹੀ ਹੈ ਮੋਗਾ ਦੇ ਵਿੱਚ, ਜ਼ਰੂਰ ਸੁਨੇਹੇ ਲੱਗਣੇ ਚਾਹੀਦੇ ਸੀਗੇ। ਕਾਂਗਰਸ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਹਲਕਾ ਇੰਚਾਰਜ ਦੀ ਕੋਈ ਪੋਸਟ ਨਹੀਂ ਹੁੰਦੀ। ਮੇਰੇ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਪੂਰਾ ਜੰਮ ਕੇ ਵਿਰੋਧ ਕੀਤਾ। ਸਮਾਂ ਸੀ ਜਦੋਂ ਇਹ ਸਾਰੇ ਬੰਦੇ ਸਿੱਧੂ ਸਾਹਿਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਸੀਗੇ, ਅਤੇ ਉਹ ਇਹ ਬਿਆਨ ਕਿਉਂ ਦਿੰਦੇ ਆ? ਉਹ ਤਾਂ ਉਹਦਾ ਸਪਸ਼ਟੀਕਰਨ ਉਹ ਹੀ ਦੇ ਸਕਦੇ ਨੇ। ਰਾਜਾ ਵੜਿੰਗ ਸਾਡੇ ਬਹੁਤ ਸਤਿਕਾਰਯੋਗ ਹੈ, ਬਾਜਵਾ ਜੀ ਸਾਡੇ ਬਹੁਤ ਸਤਿਕਾਰਯੋਗ ਹੈ। ਈਵਨ ਰੈਲੀ ਦਾ ਉਹਨਾਂ ਨੂੰ ਵੀ ਨਹੀਂ ਸੁਨੇਹਾ ਲੱਗਿਆ ਕਿ 21 ਤਰੀਕ ਨੂੰ ਮੋਗੇ ਰੈਲੀ। ਭਾਈ ਸਾਹਿਬ, ਸਾਡੇ ਕੋਲ ਰੈਲੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਹੈ। ਰੈਲੀ 'ਚ ਜਿਹੜਾ ਇਨਵੀਟੇਸ਼ਨ ਹੈ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ ਤਮਾਮ ਕਾਂਗਰਸ ਦੇ ਵਰਕਰਾਂ ਨੂੰ, ਤਮਾਮ ਕਾਂਗਰਸ ਦੇ ਲੀਡਰਾਂ ਨੂੰ ਦਿੱਤਾ ਜਾ ਚੁੱਕਿਆ ਹੈ। ਇਹ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈ ਕਾਂਗਰਸ ਪਾਰਟੀ ਵੱਲੋਂ, ਔਰ ਇੱਥੇ ਕਾਂਗਰਸ ਦੇ ਉਹ ਸਿਪਾਹੀ ਬੈਠੇ ਹੈ ਜਿਹੜੇ ਬਹੁਤ ਟਾਈਮ ਤੋਂ ਕਾਂਗਰਸ ਲਈ ਕੰਮ ਕਰ ਰਹੇ ਹੈ। ਜੇ ਮੈਂ ਗੱਲ ਕਰਾਂ ਮਾਲਤੀ ਆਂਟੀ ਦੀ, ਡਿੰਪਲ ਦੇ ਮਦਰ ਬੈਠੇ ਹੈ, ਗੁਰਬਚਨ ਅੰਕਲ ਬੈਠੇ ਹੈ, ਇੰਦਰਜੀਤ ਅੰਕਲ ਬੈਠੇ ਹੈ, ਔਰ ਪਰਮਪਾਲ ਦੇ ਫਾਦਰ ਵੀ ਬੈਠੇ ਹੈ। ਮੈਂ ਕਹਿੰਦੀ ਹਾਂ ਕਿ ਜੇ 21 ਤਰੀਕ ਨੂੰ ਜੋ ਵੀ ਮੀਟਿੰਗ ਹੋ ਰਹੀ ਹੈ ਮੋਗਾ ਦੇ ਵਿੱਚ, ਜ਼ਰੂਰ ਸੁਨੇਹੇ ਲੱਗਣੇ ਚਾਹੀਦੇ ਸੀਗੇ, ਸੀਨੀਅਰਸ ਨੂੰ ਲੱਗਣਾ ਚਾਹੀਦਾ ਸੀਗਾ, ਬੀਂਗ ਏ ਹਲਕਾ ਇੰਚਾਰਜ ਜ਼ਰੂਰ ਮੈਨੂੰ ਵੀ ਲੱਗਣਾ ਚਾਹੀਦਾ ਸੀ, ਕਿਉਂਕਿ ਅਸੀਂ ਵੀ ਕਾਂਗਰਸ ਨੂੰ ਓਨਾ ਹੀ ਪਿਆਰ ਕਰਦੇ ਹਾਂ ਜੇ ਕੋਈ ਕਾਂਗਰਸ ਦਾ ਸਿਪਾਹੀ ਜਿੰਨਾ ਕਰਦਾ। ਮੈਮ, ਉਹ ਕਹਿੰਦੇ ਵੀ ਕਾਂਗਰਸ ਸੰਵਿਧਾਨ 'ਚ ਲਿਖਿਆ ਕਿ ਹਲਕਾ ਇੰਚਾਰਜ ਦੀ ਪੋਸਟ ਹੀ ਨਹੀਂ ਹੁੰਦੀ ਜੀ, ਅੱਜ ਥੋੜ੍ਹੀ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ। ਕੋਈ ਗੱਲ ਨਹੀਂ ਜੀ, ਪੋਸਟ ਨਹੀਂ ਹੁੰਦੀ, ਕੋਈ ਗੱਲ ਨਹੀਂ, ਫਿਰ ਵੀ ਇਲੈਕਸ਼ਨ ਲੜੇ ਹੈ ਮੋਗੇ ਤੋਂ, 40,000 ਵੋਟਾਂ ਪਈਆਂ, ਲੋਕਾਂ ਨੇ ਵਿਸ਼ਵਾਸ ਦਿਖਾਇਆ। ਮਾਲਵੀ ਕਸੂਦ ਮੋਗੇ ਦੇ ਵਿੱਚ ਬਹੁਤ ਐਕਟਿਵ ਹੈਗੀ ਹੈ ਆਪਣੀ ਪਾਰਟੀ ਨੂੰ ਲੈ ਕੇ, ਲੋਕਾਂ ਦੀ ਹਜੇ ਵੀ ਮਦਦ ਕਰਦੀ ਹੈ। ਮੈਨੂੰ ਲੱਗਦਾ ਜਿਹੜੇ ਲੋਕ ਮੋਗੇ ਦੇ ਨਹੀਂ ਹੈ, ਨਿਹਾਲ ਸਿੰਘ ਵਾਲੇ ਤੋਂ ਹੈ, ਜਿਹੜੇ ਇੱਥੇ ਰਹਿੰਦੇ ਵੀ ਨਹੀਂ ਹੈ, ਉਹ ਕਿਵੇਂ ਕਹਿ ਸਕਦੇ ਆ ਕਿ ਉਹ ਮੋਗੇ ਦੇ ਵਿੱਚ ਰਹਿੰਦੇ ਔਰ ਲੋਕਾਂ ਦਾ ਕੰਮ ਕਰਦੇ? ਰੈਲੀ ਦੇ ਵਿੱਚ ਕੋਈ ਵੀ ਸ਼ਾਮਿਲ ਨਹੀਂ ਹੋਏਗਾ, ਲੋਕਲ ਲੀਡਰਸ਼ਿਪ ਕੀ ਕਹਿੰਦੇ? ਬਿਲਕੁਲ, ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ, ਜਿੰਨੇ ਵੀ ਇੱਥੇ ਲੀਡਰਸ ਬੈਠੇ, ਕਿਸੇ ਨੂੰ ਇਨਵੀਟੇਸ਼ਨ ਆਇਆ। ਮੈਂ ਹੁਣੇ ਮਾਲਤੀ ਆਂਟੀ ਨਾਲ ਵੀ ਬੈਠ ਕੇ ਹੀ ਗੱਲ ਕਰ ਰਹੀ ਸੀ ਕਿ ਸ਼ਾਇਦ ਇਹਨਾਂ ਨੂੰ ਆਇਆ ਹੋਵੇ, ਕਿਉਂਕਿ ਬਹੁਤ ਸੀਨੀਅਰ ਇਹ, ਇੰਦਰਜੀਤ ਅੰਕਲ ਬੈਠੇ ਹੈਗੇ ਆ, ਸ਼ਾਇਦ ਪਿੰਡਾਂ ਦੇ ਵਿੱਚ ਸੁਨੇਹਾ ਲੱਗਿਆ ਹੋਵੇ, ਲੇਕਿਨ ਕਿਸੇ ਵੀ ਲੀਡਰ ਨੂੰ, ਕਿਸੇ ਵੀ ਸੀਨੀਅਰ ਨੂੰ ਹਜੇ ਤੱਕ ਕੋਈ ਮੈਸੇਜ ਨਹੀਂ ਆਇਆ। ਮੈਸੇਜ ਲੱਗਾ ਜੀ ਸਿੱਧੂ ਸਾਹਿਬ ਵੱਲੋਂ ਲਾਇਆ ਗਿਆ, ਕੀ ਮੈਸੇਜ ਸਿੱਧੂ ਸਾਹਿਬ ਵੱਲੋਂ ਪਹੁੰਚਿਆ ਤੁਹਾਡੇ ਕੋਲ ਜੀ? ਨਹੀਂ, ਮੈਨੂੰ ਕੋਈ ਮੈਸੇਜ ਨਹੀਂ ਆਇਆ ਜੀ, ਜੇ ਆਇਆ ਹੁੰਦਾ ਮੇਰੇ ਬਹੁਤ ਸਤਿਕਾਰਯੋਗ ਹੈ, ਮੈਂ ਜ਼ਰੂਰ ਉਸ ਰੈਲੀ ਦਾ ਹਿੱਸਾ ਬਣਦੀ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਲੋਕ ਉਹ ਰੈਲੀ ਕਰ ਰਹੇ ਹੈ ਕਾਂਗਰਸ ਦੇ ਪ੍ਰਤੀ, ਉਹਨਾਂ ਦੀ ਕਿੰਨੀ ਕੁ ਇਮਾਨਦਾਰੀ ਹੈ ਉਹ ਸਭ ਨੂੰ ਪਤਾ। ਜੇ ਮੈਂ ਆਪਣੇ ਇਲੈਕਸ਼ਨਸ ਦੀ ਗੱਲ ਕਰਾਂ, ਮੇਰੇ ਇਲੈਕਸ਼ਨਸ ਦੇ ਵਿੱਚ ਉਹਨਾਂ ਨੇ ਪੂਰਾ ਜੰਮ ਕੇ ਵਿਰੋਧ ਕੀਤਾ, ਦੂਸਰੀ ਪਾਰਟੀਆਂ ਨੂੰ ਇਹਨਾਂ ਨੇ ਵੋਟਾਂ ਪਵਾਈਆਂ, ਔਰ ਮੈਂ ਨਹੀਂ ਕਹਿੰਦੀ ਕਿ ਕਾਂਗਰਸ ਦੇ ਸਿਪਾਹੀ ਹੈ। ਕਿੰਨਾਂ ਨੇ ਮੁਖਾਲਫਤ ਕੀਤੀ ਮੈਮ? ਤੁਹਾਨੂੰ ਸਭ ਨੂੰ ਪਤਾ ਜੀ, ਜਿਨ੍ਹਾਂ ਨੇ ਮੇਨ ਜਿਹੜੇ ਹੈੱਡ ਹੈਗੇ ਆ ਇਸ ਰੈਲੀ ਦੇ, ਉਹਨਾਂ ਨੇ ਪ੍ਰੋਪਰ ਜੰਮ ਕੇ ਕੀਤੀ ਹੈ, ਇੱਥੇ ਸਾਰੇ ਬੈਠੇ ਹੈਗੇ, ਜਿਨ੍ਹਾਂ ਨੂੰ ਐਗਜੈਕਟ ਫੋਨ ਵੀ ਆਇਆ ਇਲੈਕਸ਼ਨਸ ਦੇ ਟਾਈਮ ਕਿ ਆਪਾਂ ਦੂਜੀ ਪਾਰਟੀਆਂ ਨੂੰ ਪਾਉਣਾ, ਮਾਲਵੀ ਕਸੂਰ ਨੂੰ ਨਹੀਂ ਪਾਉਣਾ। ਕਿਤੇ ਨਾ ਕਿਤੇ ਸ਼ਾਇਦ ਉਹਨਾਂ ਲੱਗਦਾ ਸੀ ਕਿ ਜੇ ਸੂਦ ਪਰਿਵਾਰ ਆ ਗਿਆ, ਸ਼ਾਇਦ ਜਿਹੜੀ ਇਮਾਨਦਾਰੀ ਹੈ ਹੋਰ ਵੱਜੂਗੀ, ਜਿਹੜੇ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਸ਼ਾਇਦ ਨਹੀਂ ਹੋਊਗੀ। ਕਹਿ ਸਕਦੇ ਕਾਂਗਰਸ ਦੋ ਫਾੜ ਹੋ ਚੁੱਕੀ ਹੈ ਮੋਗਾ ਦੇ ਵਿੱਚ? ਨਹੀਂ, ਬਿਲਕੁਲ ਨਹੀਂ ਜੀ, ਮੋਗਾ ਇੱਥੇ ਬੈਠਾ, ਉਹਦਾ ਨਿਹਾਲ ਸਿੰਘ ਵਾਲੇ ਤੋਂ ਹੈ ਜੀ, ਮੋਗੇ ਦੇ ਤਾਂ ਹੈ ਹੀ ਨਹੀਂ ਹੈ, ਨਿਹਾਲ ਸਿੰਘ ਵਾਲੇ ਦੇ ਹੈਗੇ, ਉਹ ਉਹਨਾਂ ਨੂੰ ਪਤਾ ਹੋਊਗਾ, ਲੇਕਿਨ ਮੋਗਾ ਪੂਰੀ ਇੱਕ ਹੈਗੀ ਹੈ ਕਾਂਗਰਸ। ਨਵਜੋਤ ਸਿੰਘ ਸਿੱਧੂ ਨੇ ਇੱਕ ਪੋਸਟਰ ਆਪਣੇ ਫੇਸਬੁੱਕ ਤੇ ਪਾਇਆ ਸੀ, ਉਹਦੇ ਵਿੱਚ ਤੁਹਾਡੀ ਵੀ ਫੋਟੋ ਸੀਗੀ, ਕੀ ਤੁਹਾਨੂੰ ਉਸ ਬਾਰੇ ਪੁੱਛਿਆ ਸੀਗਾ? ਹਾਂ, ਨਹੀਂ, ਮੈਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਕਿ ਉਹਦੇ ਵਿੱਚ ਮੇਰੀ ਫੋਟੋ ਸੀ, ਕਿਉਂਕਿ ਸਾਨੂੰ ਕੋਈ ਚੰਡੀਗੜ੍ਹ ਤੋਂ ਸੁਨੇਹਾ ਵੀ ਨਹੀਂ ਲੱਗਿਆ ਕਿ 21 ਤਰੀਕ ਦੀ ਰੈਲੀ ਹੈ। ਰਾਜਾ ਵੜਿੰਗ ਸਾਡੇ ਬਹੁਤ ਸਤਿਕਾਰਯੋਗ ਹੈ, ਬਾਜਵਾ ਜੀ ਸਾਡੇ ਬਹੁਤ ਸਤਿਕਾਰਯੋਗ ਹੈ, ਈਵਨ ਰੈਲੀ ਦਾ ਉਹਨਾਂ ਨੂੰ ਵੀ ਨਹੀਂ ਸੁਨੇਹਾ ਲੱਗਿਆ ਕਿ 21 ਤਰੀਕ ਨੂੰ ਮੋਗੇ ਰੈਲੀ ਹੈ। ਬਿਲਕੁਲ, ਮੈਂ ਅਖਬਾਰ ਦੇ ਵਿੱਚ ਬਿਆਨ ਦਿੱਤਾ ਕਿ ਮੇਰੇ ਤੋਂ ਬਿਨਾਂ ਪੁੱਛੇ ਜਿਹੜੀ ਹੈ ਮੇਰੀ ਫੋਟੋ ਯੂਜ਼ ਕੀਤੀ ਗਈ ਹੈ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਦੇ ਵਰਕਰਸ ਹੈਗੇ ਪਿੰਡਾਂ ਦੇ ਵਿੱਚ, ਉਹਨਾਂ ਨੂੰ ਗਲਤ ਸੁਨੇਹਾ ਲੱਗ ਰਿਹਾ ਸੀਗਾ ਕਿ ਮਾਲਵਿਕਾ ਸੂਦ ਵੀ ਇਸ ਰੈਲੀ ਦੇ ਵਿੱਚ ਉਹਨਾਂ ਦੇ ਨਾਲ ਹੈਗੀ ਹੈ। ਲੇਕਿਨ ਜਦ ਉਹਨਾਂ ਦੇ ਲੀਡਰ ਨੂੰ ਨਹੀਂ ਇੱਥੇ ਬੁਲਾਇਆ ਗਿਆ, ਸਾਡੇ ਸੀਨੀਅਰ ਲੀਡਰਸ਼ਿਪ ਨੂੰ ਨਹੀਂ ਇੱਥੇ ਬੁਲਾਇਆ ਗਿਆ, ਲੋਕਾਂ ਨੂੰ ਬਿਲਕੁਲ ਵੀ ਝੂਠ ਨਹੀਂ ਬੋਲਣਾ ਚਾਹੀਦਾ। ਕਿ ਕਾਂਗਰਸ ਦੀ ਰੈਲੀ ਹੈ, ਕਾਂਗਰਸ ਦੇ ਬੈਨਰ ਥੱਲੇ ਹੀ ਹੋ ਰਹੀ ਹੈ, ਤੁਸੀਂ ਕਹਿੰਦੇ ਹੋ ਕਾਂਗਰਸ ਸਾਰੀ ਇੱਥੇ ਬੈਠੀ ਹੈ, ਕੀ ਲੱਗ ਰਿਹਾ, ਕਿ ਦੋ ਪਾੜ ਹੈ ਫਿਰ ਕਾਂਗਰਸ? ਨਹੀਂ, ਐਸਾ ਕੁਛ ਨਹੀਂ ਹੈ ਜੀ। ਕਾਂਗਰਸ ਦੇ ਵਰਕਰਸ ਤਾਂ ਦੇਖੋ ਹਿੱਲ ਹੀ ਨਹੀਂ ਰਹੇ ਪਿੰਡਾਂ ਦੇ ਵਿੱਚ, ਜਦ ਸੁਨੇਹੇ ਲੱਗਦੇ ਹੈ ਤਾਂ ਕਾਂਗਰਸ ਦੇ ਵਰਕਰਸ ਨਹੀਂ ਆਉਂਦੇ। ਆਪਾਂ ਦੂਸਰੀ ਪਾਰਟੀਜ਼ ਦੇ ਲੋਕਾਂ ਨੂੰ ਕਰਦੇ ਹਾਂ ਕਿ ਵੀ ਤੁਸੀਂ ਸਾਡੀ ਬੱਸ ਭਰ ਦਿਉ, ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਇਕੱਠ ਦਿਖੇ। ਮੈਨੂੰ ਲੱਗਦਾ ਜਿਹੜਾ ਕਾਂਗਰਸ ਅਸਲੀ ਸਿਪਾਹੀ ਹੈ, ਜਿੰਨੀ ਦੇਰ ਉੱਪਰੋਂ ਪ੍ਰਧਾਨ ਜੀ ਵੱਲੋਂ ਉਹਨਾਂ ਨੂੰ ਨਿਰਦੇਸ਼ ਨਹੀਂ ਆਊਗਾ, ਕੋਈ ਵੀ ਨਹੀਂ ਜਾਊਗਾ। ਮੈਮ, ਤੁਹਾਨੂੰ ਅੱਜ ਜਿਹੜੀ ਪੀਸੀ ਹੋਈ ਸੀ ਉੱਥੇ ਇਨਵਾਈਟ ਕੀਤਾ ਗਿਆ ਸੀਗਾ ਜੀ? ਨਹੀਂ, ਮੈਨੂੰ ਕੋਈ ਸੁਨੇਹਾ ਨਹੀਂ ਲੱਗਿਆ। ਜੇ ਉਹਨਾਂ ਨੇ ਕੀਤਾ ਹੁੰਦਾ ਮੈਂ ਵੀ ਉਹਨਾਂ ਨੂੰ ਜੁਆਇਨ ਕਰ ਲੈਂਦੀ, ਫਿਰ ਤੁਹਾਨੂੰ ਸਾਰਿਆਂ ਨੂੰ ਮੈਂ ਕਿਉਂ ਤਕਲੀਫ ਦੇਣੀ ਸੀ ਇੱਥੇ ਦੁਆਰ ਤੋਂ ਬੁਲਾਉਣ ਦੀ? ਲੀਡਰਸ਼ਿਪ ਨੂੰ ਇਨਵੀਟੇਸ਼ਨ ਆਇਆ ਜੀ ਰੈਲੀ ਦਾ? ਨਹੀਂ, ਮੈਨੂੰ ਇੱਥੇ ਬੈਠੇ ਆ ਤੁਸੀਂ ਪੁੱਛ ਸਕਦੇ ਹੋ ਕਿਸੇ ਜਿਹੜੇ ਕਾਕਾ ਲੋਗੜ ਜੀ ਨੇ, ਉਹਨਾਂ ਨੇ ਆਇਆ ਗੱਲਬਾਤ ਹੋਈ ਤੁਹਾਡੇ ਨਾਲ? ਉਹਨਾਂ ਕਾਕਾ ਲੋਗੜ ਜੀ ਕੋਸ਼ਿਸ਼ ਕਰ ਰਹੇ, ਰਸਤੇ ਵਿੱਚ ਹੀ ਹੈਗੇ। ਐਕਚੁਅਲੀ ਉਹ ਬਿਮਾਰ ਚੱਲ ਰਹੇ, ਉਹਨਾਂ ਦਾ ਗਲਾ ਕਾਫੀ ਖਰਾਬ ਹੈ, ਲੁਧਿਆਣੇ ਹੈ। ਉਹਨਾਂ ਨੇ ਕਿਹਾ ਉਹ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦ ਸਾਨੂੰ ਜੁਆਇਨ ਕਰ ਪਾਣ। ਦੇਖੋ ਜੀ, ਮੇਨ ਜਿਹੜੇ ਹੈਗੇ ਬੰਦੇ ਉਹ ਤਾਂ ਨਿਹਾਲ ਸਿੰਘ ਵਾਲੇ ਤੋਂ ਹੈ, ਹੁਣ ਇਸ ਜਿਹੜੀ ਮੀਟਿੰਗ ਹੈ ਜਾਂ ਰੈਲੀ ਹੈ ਉਹਦਾ ਕੁਛ ਪਤਾ ਨਹੀਂ ਹੈ। ਲੇਕਿਨ ਜ਼ਿਆਦਾਤਰ ਮੈਨੂੰ ਲੱਗਦਾ ਜੇ ਲੋਕ ਆਏ ਵੀ ਨਿਹਾਲ ਸਿੰਘ ਤੋਂ ਹੀ ਆਵਾਂਗੇ, ਕਿਉਂਕਿ ਮੋਗੇ ਦੇ ਲੋਕ ਬਹੁਤ ਸਮਝਦਾਰ ਹੈ। ਅੱਜ ਕੱਲ੍ਹ ਲੋਕ ਸਮਝਦਾਰ ਹੈ, ਜੋ ਉਹਨਾਂ ਦੇ ਨਾਲ ਸੁੱਖ ਦੁੱਖ 'ਚ ਖੜਦਾ ਲੋਕ ਉਹਦੇ ਨਾਲ ਹੀ ਚੱਲਦੇ। ਉਹ ਕਹਿੰਦੇ ਕਿ ਕਾਂਗਰਸ ਨੂੰ ਪਿਆਰ ਕਰਨ ਵਾਲਿਆਂ ਦੀ ਇਹ ਰੈਲੀ ਹੈ, ਜੇ ਕਾਂਗਰਸ ਨਾਲ ਜਿਹਨੂੰ ਪਿਆਰ ਹੋਊਗਾ ਉਸ ਰੈਲੀ 'ਚ ਪਹੁੰਚ ਜਾਣਗੇ? ਬਿਲਕੁਲ, ਕੀ ਲੱਗਦਾ ਤੁਹਾਨੂੰ? ਕਾਂਗਰਸ ਨੂੰ ਜਿਹੜੇ ਪਿਆਰ ਕਰਦੇ ਆ ਉਹ ਜ਼ਰੂਰ ਕਾਂਗਰਸ ਨਾਲ ਖੜੇ, ਲੇਕਿਨ ਜਿਹੜੇ ਕਾਂਗਰਸ ਨੂੰ ਇਲੈਕਸ਼ਨਾਂ ਦੇ ਟਾਈਮ 'ਤੇ ਵੋਟਾਂ ਨਹੀਂ ਪਵਾਉਂਦੇ, ਜਿਹੜੇ ਪੂਰੀ ਬਰਖਿਲਾਫੀਅਤ ਕਰਦੇ ਹੈ, ਮੈਨੂੰ ਲੱਗਦਾ ਕਿ ਲੋਕ ਉਹਨਾਂ ਨਾਲ ਕਦੀ ਵੀ ਨਹੀਂ ਚੱਲਣਗੇ। ਲੱਗ ਨਹੀਂ ਰਿਹਾ ਇਸ ਚੀਜ਼ ਦਾ ਕਾਂਗਰਸ ਨੂੰ ਨੁਕਸਾਨ ਹੋਏਗਾ? ਮੈਨੂੰ ਲੱਗਦਾ ਕਿ ਅਨੁਸ਼ਾਸਨ ਦੀ ਜ਼ਰੂਰਤ ਹੈਗੀ। ਹਾਈਕਮਾਂਡ ਜ਼ਰੂਰ ਐਕਸ਼ਨ ਲਊਗੀ, ਜਿਹੜੇ ਇਸ ਤਰ੍ਹਾਂ ਦੇ ਡਿਵੀਜ਼ਨ ਕਰ ਰਹੀ ਹੈ ਕਾਂਗਰਸ ਦੇ ਵਿੱਚ, ਇਸ ਤਰ੍ਹਾਂ ਦੀ ਕਨਫਿਊਜ਼ਨ ਕ੍ਰੀਏਟ ਕਰ ਰਹੀ ਹੈ ਕਾਂਗਰਸ ਦੇ ਵਿੱਚ। ਟਾਈਮ ਆ ਗਿਆ ਕਿ ਹੁਣ ਡਿਸਿਪਲਿਨ ਦੇ ਵਿੱਚ ਹਰ ਕਿਸੇ ਨੂੰ ਆਉਣਾ ਪਊਗਾ। ਜਿਹੜਾ ਗਲਤ ਸਟੈਪ ਲੈਂਦਾ ਜਾਂ ਕੁਛ ਵੀ, ਜੇ ਕੋਈ ਅੱਛਾ ਕਿਸੇ ਨੂੰ ਜੇ ਮਿਲਦਾ ਪ੍ਰਧਾਨ ਜੀ, ਉਹਦੇ ਅਗੇਂਸਟ ਕੋਈ ਵੀ ਵਰਕਿੰਗ ਹੁੰਦੀ ਹੈ, ਹਾਈਕਮਾਂਡ ਜ਼ਰੂਰ ਉਹਨਾਂ ਦੇ ਅਗੇਂਸਟ ਐਕਸ਼ਨ ਲਊਗੀ। ਇਸ 'ਤੇ ਹੋਣੀ ਚਾਹੀਦੀ ਹੈ ਮੈਮ, ਨਵਜੋਤ ਸਿੰਘ ਸਿੱਧੂ ਉਹਨਾਂ 'ਤੇ ਜੋ ਰੈਲੀ ਕਰਵਾ ਰਹੇ ਹੈ। ਦੇਖੋ, ਮੈਂ ਇਸ ਬਾਰੇ ਕੁਛ ਨਹੀਂ ਕਹੂੰਗੀ, ਕਿਉਂਕਿ ਇਹ ਹਾਈਕਮਾਂਡ ਦਾ ਫੈਸਲਾ ਹੈ। ਸਿੱਧੂ ਸਾਹਿਬ ਬਹੁਤ ਸਤਿਕਾਰਯੋਗ ਹੈ, ਉਹਨਾਂ ਨੇ ਮੈਨੂੰ ਆ ਕੇ ਘਰੇ ਟਿਕਟ ਦਿੱਤੀ, ਰੀਅਲੀ ਰਿਸਪੈਕਟ ਹਿਮ। ਲੇਕਿਨ ਜਿਨ੍ਹਾਂ ਨੇ ਰੈਲੀ ਰੱਖੀ ਹੈ, ਮੈਂ ਜ਼ਰੂਰ ਉਹਨਾਂ ਬਾਰੇ ਕਹੂੰਗੀ ਕਿ ਉਹ ਆਪਣੇ ਆਪ ਨੂੰ ਕਾਂਗਰਸ ਦਾ ਦੇ ਦਾ ਕਹਿੰਦੇ ਆ, ਲੇਕਿਨ ਉਹ ਕਾਂਗਰਸੀ ਬਿਲਕੁਲ ਵੀ ਨਹੀਂ ਹੈ। ਬਿਲਕੁਲ, ਹਾਈਕਮਾਂਡ ਐਕਸ਼ਨ ਲੈ ਰਹੀ ਹੈ, ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਲਦੀ ਤੋਂ ਜਲਦੀ ਅੱਛੇ ਸਟੈਪਸ ਲੈ ਸਕਣ। ਲੇਕਿਨ ਮੈਂ ਇਹੀ ਕਹੂੰਗੀ ਆਪਣੇ ਵਰਕਰਸ ਨੂੰ ਕਿ ਉਹ ਕਨਫਿਊਜ਼ ਬਿਲਕੁਲ ਨਾ ਹੋਣ, ਕਿਉਂਕਿ ਜਿਹੜੀ ਇਹ ਰੈਲੀ ਹੈਗੀ ਹੈ
ਕਾਂਗਰਸ ਦਾ ਨਾਮ ਲੈ ਕੇ ਰੱਖ ਰਹੇ ਕਿਉਂਕਿ ਜਿਹੜੇ ਆਰਗੇਨਾਈਜ਼ਰਸ ਹੈਗੇ ਉਹ ਖੁਦ ਹੀ ਕਾਂਗਰਸੀ ਨਹੀਂ ਹੈ, ਉੱਥੇ ਉਹਨਾਂ ਦਾ ਕਹਿਣਾ ਕਾਂਗਰਸ ਨਹੀਂ ਹੈ, ਸੀ ਸਰਪੰਚ ਉਹਨਾਂ ਨਾਲ ਜੁੜੇ ਹੋਏ ਹੈਗੇ ਔਰ ਉੱਥੇ ਪਹੁੰਚ ਰਹੇ ਡਾਇਰੀ ਦੇ ਵਿੱਚ। ਤੁਸੀਂ ਦੀ ਰੈਲੀ ਹੈ ਕਿ ਕਾਂਗਰਸ ਦੀ ਹੈ? ਤੁਸੀਂ ਕਹਿ ਰਹੇ ਹੋ ਕਿ ਕਾਂਗਰਸੀ ਨਹੀਂ ਹੈ ਜਿਨ੍ਹਾਂ ਨੇ ਰੈਲੀ ਰੱਖੀ ਹੈ, ਉਹ ਰੈਲੀ ਕਿ ਕਾਂਗਰਸ ਦੀ ਰੈਲੀ ਹੈ? ਦੇਖੋ ਜੀ, ਇਹ ਤਾਂ ਤੁਸੀਂ ਹਾਈ ਕਮਾਂਡ ਨੂੰ ਪੁੱਛੋ ਕਿ ਰੈਲੀ ਕੀ ਦੀ ਹੈ, ਲੇਕਿਨ ਮੈਨੂੰ ਨਹੀਂ ਲੱਗਦਾ ਜੇ ਸਿੱਧੂ ਸਾਹਿਬ ਦੀ ਹੁੰਦੀ ਰੈਲੀ ਤਾਂ ਜ਼ਰੂਰ ਸਾਨੂੰ ਸਾਰਿਆਂ ਨੂੰ ਸੁਨੇਹਾ ਲੱਗਦਾ। ਰੈਲੀ ਪਤਾ ਨਹੀਂ ਕਿਸੇ ਇੱਕ ਇੰਡੀਵਿਜੁਅਲ ਪਰਸਨ ਨੇ ਆਪਣੇ ਲਈ ਰੱਖੀ ਹੋਈ ਹੈ। ਫਿਲਹਾਲ ਤਾਂ ਹਜੇ ਆਇਆ ਨਹੀਂ ਔਰ ਦੇਖੋ ਕੁਛ ਪਤਾ ਨਹੀਂ ਹੈ, ਲੇਕਿਨ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਚੀਜ਼ਾਂ ਜ਼ਰੂਰ ਰੋਕਣੀਆਂ ਚਾਹੀਦੀਆਂ ਤਾਂ ਕਿ ਪ੍ਰੋਬਲਮ ਨਾ ਆਵੇ। ਔਰ ਮੈਨੂੰ ਯਕੀਨ ਹੈ ਹਾਈ ਕਮਾਂਡ 'ਤੇ ਕਿ ਜਿਹੜੇ ਇਸ ਤਰ੍ਹਾਂ ਦੇ ਡਿਵੀਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੀ ਪਾਰਟੀ ਦੇ ਲਈ, ਉਹਨਾਂ ਦੇ ਅਗੇਂਸਟ ਜ਼ਰੂਰ ਸਟੈਪ ਚੁੱਕੇ ਜਾਣਗੇ। ਸ਼ਾਮ ਤੱਕ ਮੈਸੇਜ ਆਉਂਦਾ ਸਿੱਧੂ ਸਾਹਿਬ ਨੂੰ ਇਨਵੀਟੇਸ਼ਨ ਦਾ, ਜਾਓਗੇ ਮੈਂ? ਹਾਂਜੀ, ਨਹੀਂ ਮੈਂ ਨਹੀਂ ਜਾਊਂਗੀ ਕਿਉਂਕਿ ਜਿਹਨੇ ਰੱਖੀ ਹੈ ਉਹ ਕਾਂਗਰਸ ਦਾ ਸਿਪਾਹੀ ਨਹੀਂ ਹੈ, ਉਹ ਮੇਰੇ ਇਲੈਕਸ਼ਨ 'ਚ ਉਹਨੇ ਦੱਬ ਕੇ ਮੇਰੀ ਵਿਰੋਧਤਾ ਕੀਤੀ ਹੈ, ਪੂਰੀ ਦੂਸਰੀ ਪਾਰਟੀ 'ਚ ਉਹਨੇ ਵੋਟ ਪਾਈ ਹੈ, ਜਿੰਨੀ ਦੇਰ ਉਹ ਮੋਢੀ ਰਹੂਗਾ ਮੈਂ ਇਸ ਜੁਆਇਨ ਬਿਲਕੁਲ ਵੀ ਨਹੀਂ ਕਰੂੰਗੀ ਮੀਟਿੰਗ। ਵਰਕਰਾਂ ਨੂੰ ਆਲਰੇਡੀ ਅਪੀਲਡ ਹੈ ਜੀ, ਲੋਕ ਬਿਲਕੁਲ ਵੀ ਨਹੀਂ ਜੁੜ ਰਹੇ, ਕਿਤੇ ਨਾ ਕਿਤੇ ਲੋਕਾਂ ਦੇ ਘਰੇ ਜਾ ਕੇ ਉਹਨਾਂ ਦੀਆਂ ਮਿੰਨਤਾਂ ਕੱਢ ਰਹੇ ਹੈ। ਬਹੁਤ ਸਾਰੇ ਇੱਥੇ ਲੋਕ ਬੈਠੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਖੜ੍ਹ ਕੇ ਉਹ ਕਹਿ ਰਹੇ ਅਸੀਂ ਚਾਹ ਪੀਣੀ ਹੈ, ਚਾਹ ਸਾਰੇ ਪਿਆਉਂਦੇ ਲੇਕਿਨ ਆਪਣੇ ਜਿਹੜੇ ਲੋਕ ਹੈਗੇ ਉਹ ਬਿਲਕੁਲ ਵੀ ਨਹੀਂ ਭੇਜਾਂਗੇ। ਦੇਖੋ ਭਾਈ ਸਾਹਿਬ, 21 ਤਰੀਕ ਨੂੰ 21 ਜਨਵਰੀ ਨੂੰ ਕਾਂਗਰਸ ਦੇ ਝੰਡੇ ਥੱਲੇ ਰੈਲੀ ਹੋ ਰਹੀ ਹੈ। ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੂਬੇ ਦੇ ਸਰਦਾਰ ਨਵਜੋਤ ਸਿੰਘ ਸਿੱਧੂ, ਉਹ ਸ਼ਮੂਲੀਅਤ ਕਰ ਰਹੇ ਉਹਦੇ 'ਚ। ਉਹਨਾਂ ਨਾਲ ਹੋਰ ਵੀ ਕਈ ਸੀਨੀਅਰ ਆਗੂਆਂ ਦੇ ਆਉਣ ਦੀ ਉਮੀਦ ਹੈ, ਜਿਹੜੇ ਕਿ ਉਹਨਾਂ ਦੇ ਨਾਲ ਆਉਣਗੇ। ਔਰ ਦੂਸਰੀ ਗੱਲ ਰਹੀ ਹਲਕਾ ਇੰਚਾਰਜ ਦੀ, ਇਹ ਕੋਈ ਮੈਂ ਵਿਅਕਤੀਗਤ ਤੌਰ 'ਤੇ ਨਹੀਂ ਕਹਿੰਦਾ, ਕੋਈ ਮੇਰੀ ਬਣਾਈ ਹੋਈ ਗੱਲ ਨਹੀਂ ਗੀ, ਤੁਸੀਂ ਕਾਂਗਰਸ ਦਾ ਸੰਵਿਧਾਨ ਪੜ੍ਹ ਕੇ ਦੇਖ ਸਕਦੇ ਹੋ, ਇੰਟਰਨੈਟ 'ਤੇ ਤੁਹਾਨੂੰ ਮਿਲ ਜੂਗਾ, ਉਹਦੀ PDF ਫਾਈਲ ਡਾਊਨਲੋਡ ਕਰ ਲਓ। ਕਾਂਗਰਸ ਦੇ ਸੰਵਿਧਾਨ ਦੇ ਵਿੱਚ ਕਿਤੇ ਵੀ ਹਲਕਾ ਇੰਚਾਰਜ ਦੀ ਕੋਈ ਪੋਸਟ ਨਹੀਂ ਹੁੰਦੀ। ਔਰ ਜਿਹੜਾ ਬੰਦਾ ਕਾਂਗਰਸ ਨੂੰ ਪਿਆਰ ਕਰਦਾ, ਕਾਂਗਰਸ ਨਾਲ ਜੁੜਿਆ, ਇਹ ਸਾਡੇ ਪ੍ਰਧਾਨ ਸਾਹਿਬ ਅਤੇ ਕਾਂਗਰਸ ਦੇ ਹੋਰ ਆਲਾ ਆਗੂ ਵੀ ਕਹਿ ਚੁੱਕੇ ਆ ਵੀ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਵੀ ਇਕੱਠ ਕਰ ਸਕਦਾ, ਕੋਈ ਵੀ ਕੰਮ ਕਰ ਸਕਦਾ ਅਤੇ ਕੋਈ ਵੀ ਰੈਲੀ ਕਰ ਸਕਦਾ। ਇਸ ਗੱਲ 'ਤੇ ਉਹ ਬਹੁਤ ਸਪਸ਼ਟ ਬਿਆਨ ਦੇ ਚੁੱਕੇ ਨੇ। ਔਰ ਜਿੱਥੋਂ ਤੱਕ ਇਸ ਤੋਂ ਇਲਾਵਾ ਗੱਲ ਹੈ, ਸਾਨੂੰ ਕਾਂਗਰਸ ਦੇ ਦਫ਼ਤਰੋਂ, ਹਾਈ ਕਮਾਂਡ ਤੋਂ, ਦਿੱਲੀਓਂ ਜਾਂ ਚੰਡੀਗੜ੍ਹੋਂ ਕੋਈ ਐਸਾ ਮੈਸੇਜ ਨਹੀਂ ਲੱਗਿਆ ਵੀ ਤੁਸੀਂ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਜਾਂ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੋਈ ਕੰਮ ਨਹੀਂ ਕਰਨਾ ਜਾਂ ਤੁਸੀਂ ਇਕੱਠ ਨਹੀਂ ਕਰ ਸਕਦੇ। ਜਿਹੜੇ ਲੋਕ ਇੱਥੇ ਬੈਠੇ ਨੇ, ਸਾਡੇ ਸਾਬਕਾ ਮੇਅਰ ਸਨ ਭੈਣ ਜੀ ਨਿਕਿਤਾ ਭੱਲਾ ਜੀ, ਉਹਨਾਂ ਦੇ ਹਸਬੈਂਡ ਭੱਲਾ ਸਾਹਿਬ ਇੱਥੇ ਬੈਠੇ ਨੇ, ਸਰਦਾਰ ਸੁਖਦੇਵ ਸਿੰਘ ਬੈਠੇ ਨੇ, ਚੀਮਾ ਸਾਹਿਬ ਸਾਡੇ ਬਹੁਤ ਸੀਨੀਅਰ ਆਗੂ ਨੇ, ਉਹ ਬੈਠੇ ਨੇ। ਪਿਛਲੇ ਇਲੈਕਸ਼ਨਾਂ 'ਚ ਕਾਂਗਰਸ ਦੀ ਖਾਤਰ ਬਹੁਤ ਜੱਦੋਜਹਿਦ ਕੀਤੀ, ਮਿਹਨਤ ਕੀਤੀ, ਸਰਦਾਰ ਬਲਵੀਰ ਸਿੰਘ ਤੂਰ ਬੈਠੇ ਨੇ, ਸਾਡੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਪ੍ਰਧਾਨ ਨੇ, ਔਰ ਕਾਂਗਰਸ ਦੇ ਜਿੰਨੇ ਸਰਪੰਚ ਨੇ ਉਹ ਸਰਪੰਚ ਯੂਨੀਅਨ ਦੇ ਪ੍ਰਧਾਨ ਨੇ, ਬਾਈ ਸਿਮਰਜੀਤ ਸਿੰਘ ਜੀ ਰਿੱਕੀ ਸਾਹਿਬ, ਸਾਡੇ ਮਹਿਲਾ ਕਾਂਗਰਸ 'ਚੋਂ ਭੈਣ ਜੀ ਬੈਠੇ ਨੇ, ਰਵਿੰਦਰ ਬਜਾਜ ਜੀ ਇਹ ਬੈਠੇ ਆ, ਸੂਦ ਸਾਹਿਬ ਬੈਠੇ ਆ, ਇਹ ਸਾਰੇ ਤਮਾਮ ਉਹ ਲੋਕ ਨੇ ਜਿਹੜੇ ਵੱਖ ਵੱਖ ਸਮਿਆਂ 'ਤੇ ਕਾਂਗਰਸ ਦੇ ਅਹੁਦੇਦਾਰ ਵੀ ਰਹੇ ਨੇ ਔਰ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੰਮ ਵੀ ਕਰਦੇ ਰਹੇ ਨੇ। ਇਹ ਆਪਦੇ ਆਪ 'ਚ ਕਾਂਗਰਸ ਹੀ ਹੈ। ਅਤੇ PPC ਮੈਂਬਰ ਜਿਹੜੇ ਕਹਿ ਰਹੇ ਨੇ, ਕਹਿੰਦੇ ਸਿੱਧੂ ਸਾਹਿਬ ਦੀ ਪਰਸਨਲ ਰੈਲੀ ਹੈ, ਇਹਦੇ ਨਾਲ ਕਾਂਗਰਸ ਦਾ ਕੋਈ ਲੈਣਾ ਦੇਣਾ? ਭਾਈ ਸਾਹਿਬ ਉਹ ਉਹੀ ਜਾਣਨ ਉਹ ਕਿਉਂ ਕਹਿੰਦੇ ਨੇ, ਉਹਦਾ ਸਪਸ਼ਟੀਕਰਨ ਤਾਂ ਉਹੀ ਦੇ ਸਕਦੇ ਨੇ। ਤੁਹਾਨੂੰ ਲੱਗ ਰਿਹਾ ਕਿ? ਔਰ ਮੈਨੂੰ ਤਾਂ ਇੱਕ ਸਮਾਂ ਸੀ ਜਦੋਂ ਇਹ ਸਾਰੇ ਬੰਦੇ ਸਿੱਧੂ ਸਾਹਿਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਸੀਗੇ, ਅਤੇ ਉਹ ਇਹ ਬਿਆਨ ਕਿਉਂ ਦਿੰਦੇ ਆ? ਉਹ ਤਾਂ ਉਹਦਾ ਸਪਸ਼ਟੀਕਰਨ ਉਹੀ ਦੇ ਸਕਦੇ ਨੇ। ਅਤੇ ਲੱਗਦਾ ਲੋਕਲ ਲੀਡਰਸ਼ਿਪ ਜਿਹੜੀ ਆ ਰੈਲੀ ਦੇ ਵਿੱਚ ਸ਼ਾਮਿਲ ਹੋਏਗੀ? ਬਿਲਕੁਲ ਹੋਏਗੀ ਜੀ, ਲੀਡਰਸ਼ਿਪ ਲੋਕ ਵਰਕਰਾਂ ਨਾਲ ਹੀ ਹੁੰਦੀ ਹੈ।
ਇਨਵੀਟੇਸ਼ਨ ਦੇਖੋ, ਜਿਹੜੇ ਤੁਸੀਂ ਫੋਟੋ ਦੀ ਗੱਲ ਕੀਤੀ ਸੀ ਪਹਿਲਾਂ, ਮੈਂ ਉਹ ਵੀ ਸਪਸ਼ਟ ਕਰਦਿਆਂ, ਇਹ ਜਿਹੜਾ ਫੋਟੋ ਲੱਗੀ ਹੈ ਕਿਸੇ ਦੀ, ਕਿਸੇ ਵੀ ਵਿਅਕਤੀ ਦੀ, ਉਹ ਸਿੱਧੂ ਸਾਹਿਬ ਕੰਨਿਓਂ ਲਾਈ ਗਈ ਹੈ। ਉਹ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਦੇ ਸੋਸ਼ਲ ਮੀਡੀਆ ਹੈਂਡਲਸ ਨੇ ਜਿਹੜੇ, ਅਤੇ ਖਾਸ ਤੌਰ 'ਤੇ ਫੇਸਬੁੱਕ ਆ, ਉਹਦੇ 'ਤੇ 21 ਦੀ ਰੈਲੀ ਦਾ ਆਪਦਾ ਪੋਸਟਰ ਜਾਰੀ ਕੀਤਾ ਸੀ। ਉਹ ਹੁਣ ਉਹਨਾਂ ਨੇ ਕਿਹਦੀ ਫੋਟੋ ਲਾਈ ਹੈ, ਕਿਹਦੀ ਨਹੀਂ ਲਾਈ, ਉਹਦੇ 'ਤੇ ਜਿਹੜਾ ਸਪਸ਼ਟੀਕਰਨ ਹੈ ਜਾਂ ਬਿਆਨ ਹੈ, ਸਫਾਈ ਹੈ, ਉਹ ਸਿੱਧੂ ਸਾਹਿਬ ਹੀ ਦੇ ਸਕਦੇ। ਉਹ ਪਰਸੋਂ ਆਉਣਗੇ, ਉਹਨਾਂ ਤੋਂ ਤੁਸੀਂ ਪੁੱਛ ਸਕਦੇ। ਤੁਹਾਡੇ ਵੱਲੋਂ ਸਰ ਔਰਗਨਾਈਜ਼ ਕੀਤਾ ਜਾ ਰਿਹਾ ਸਾਰਾ ਕੁਛ ਇਹ, ਪਰ ਤੁਸੀਂ ਇਨਵੀਟੇਸ਼ਨ ਦਿੱਤਾ ਲੋਕਲ ਲੀਡਰਸ਼ਿਪ ਤੋਂ ਕਿਸੇ ਨੂੰ? ਭਾਈ ਸਾਹਿਬ, ਸਾਡੇ ਕੋਲ ਰੈਲੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਹੈ। ਰੈਲੀ 'ਚ ਜਿਹੜਾ ਇਨਵੀਟੇਸ਼ਨ ਹੈ, ਉਹ ਸਰਦਾਰ ਨਵਜੋਤ ਸਿੰਘ ਸਿੱਧੂ ਵੱਲੋਂ ਤਮਾਮ ਕਾਂਗਰਸ ਦੇ ਵਰਕਰਾਂ ਨੂੰ, ਤਮਾਮ ਕਾਂਗਰਸ ਦੇ ਲੀਡਰਾਂ ਨੂੰ ਦਿੱਤਾ ਜਾ ਚੁੱਕਿਆ ਹੈ। ਕੋਈ ਰੈਲੀ ਨੂੰ ਲੈ ਕੇ ਕੋਈ ਤੁਹਾਡੀ ਗੱਲਬਾਤ ਹੋਈ ਹੈ ਕਿਸੇ ਲੋਕਲ ਲੀਡਰਸ਼ਿਪ ਨਾਲ? ਮੇਰੀ ਤਮਾਮ ਕਾਂਗਰਸ ਦੇ ਵਰਕਰਾਂ ਨਾਲ ਗੱਲ ਹੋਈ ਹੈ, ਜਿਹੜੇ ਲੋਕ ਕਾਂਗਰਸ ਨੂੰ ਪਿਆਰ ਕਰਦੇ ਆ, ਮੌਜੂਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਨੇ। ਤੁਸੀਂ ਵੇਖਿਆ, ਤੁਸੀਂ ਪੱਤਰਕਾਰ ਭਾਈਚਾਰਾ ਹੋ, ਕਿ ਕਿਸ ਤਰੀਕੇ ਨਾਲ ਆਏ ਦਿਨ ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ। ਇੱਕ ਪੰਜਾਬ ਪੁਲਿਸ ਦਾ DSP ਆ, ਉਹਦਾ ਕਤਲ ਹੋ ਜਾਂਦਾ। ਆਪ ਜਿੱਥੇ ਆਪਾਂ ਬੈਠੇ ਹਾਂ, ਇੱਥੋਂ ਕੁਛ ਦੂਰੀ 'ਤੇ ਹੀ ਤੁਸੀਂ, ਤੁਹਾਨੂੰ ਯਾਦ ਹੋਊਗਾ ਵਾਰਦਾਤਾਂ ਸੁਪਰਸ਼ਾਈਨ ਵਾਲੀ ਜਿਹੜੀ ਹੋਈ ਹੈ, ਜਿਹਨੇ ਸਾਰੇ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਤਾ ਸੀ। ਇਹ ਐਸੀਆਂ ਹਰ ਸ਼ਹਿਰ, ਹਰ ਮੁਹੱਲੇ 'ਚ, ਕਸਬੇ 'ਚ ਵਾਰਦਾਤਾਂ ਹੋ ਰਹੀਆਂ। ਲਾਅਨ ਆਰਡਰ ਦੀ ਸਿਚੁਏਸ਼ਨ ਹੈ ਜਿਹੜੀ, ਇਹ ਡੇ ਬਾਈ ਡੇ ਵਿਗੜਦੀ ਜਾ ਰਹੀ ਹੈ। ਉਹਨਾਂ ਗੱਲਾਂ ਨੂੰ ਉਜਾਗਰ ਕਰਨ ਵਾਸਤੇ, ਔਰ ਜਿਹੜੀਆਂ ਗੱਲਾਂ ਕਰਕੇ ਇਹਨਾਂ ਨੇ ਸਰਕਾਰ ਬਣਾਈ, ਪਿੱਛੇ ਹੜ੍ਹ ਆਏ, ਹੜ੍ਹਾਂ 'ਚ ਵੀ ਝੂਠਾ ਵਾਅਦਾ ਕੀਤਾ ਕਿ ਅਸੀਂ ਜਾਨਵਰਾਂ ਜਿਹੜੇ ਹੈਗੇ ਆ, ਬੱਕਰੀਆਂ ਜਾਂ ਮੱਝਾਂ ਮਰ ਗਈਆਂ, ਉਹਦਾ ਵੀ ਬੀਮਾ ਦੇਵਾਂਗੇ, ਮੁਆਵਜ਼ਾ ਦੇਵਾਂਗੇ। ਹੋਰ ਝੂਠੇ ਵਾਅਦੇ ਕੀਤੇ, ਲਾਰੇ ਲਾਏ ਵੀ 1,000 ਰੁਪਈਆ ਅਸੀਂ ਬੀਬੀਆਂ ਨੂੰ ਦੇਵਾਂਗੇ। ਇਹ ਤਮਾਮ ਜਿਹੜੀਆਂ ਗੱਲਾਂ, ਜਿਹੜਾ ਪੰਜਾਬ ਦੇ ਲੋਕਾਂ ਨਾਲ ਧਰੋਹ ਕੀਤਾ, ਵਿਸ਼ਵਾਸਘਾਤ ਕੀਤਾ, ਉਹਨੂੰ ਉਜਾਗਰ ਕਰਨ ਵਾਸਤੇ ਅਤੇ ਕਾਂਗਰਸ ਨੂੰ ਤਕੜਾ ਕਰਨ ਵਾਸਤੇ ਰੈਲੀ ਹੋ ਰਹੀ ਹੈ।